ਗੱਲਬਾਤ ਵੀ ਨਹੀਂ ਹੋਈ ਸੀਗੀ ਪੇਚਾ ਪੈ ਗਿਆ ਜੀ ਸੈਂਟਰ ਨਾਲ ਇਹ ਹੋ ਗਿਆ ਜੇ ਹੋ ਗਿਆ ਪੇਚੇ ਫਿਰ ਤਾਂ ਤੁਸੀਂ ਪਤੰਗਾਂ ਲਈ ਸਮਝਦੇ ਸੀਗੇ ਤੇ ਉਦਾਂ ਦੀ ਤਾਂ ਕੋਈ ਹਲੇ ਉਦੋਂ ਦਾ ਕੋਈ ਮਾਹੌਲ ਵੀ ਨਹੀਂ ਕ੍ਰੀਏਟ ਹੋਇਆ ਹੈਗਾ ਤੁਸੀਂ ਤਾਂ ਪਹਿਲਾਂ ਹੀ ਤੁਸੀਂ ਆਪਦੇ ਨੌਜਵਾਨਾਂ ਦੀ ਖੜਨ ਦੀ ਉਹਨਾਂ ਦੇ ਨਾਲ ਖੜਨ ਦੀ بجائے ਤੁਸੀਂ ਸਰਕਾਰ ਨੂੰ ਸਫਾਈਆਂ ਦੇਣ ਲੱਗੇ ਹੋਏ ਆ ਜਿਹੜਾ ਹੁਣ ਜਗਿੰਦਰ যাদਬ ਪਹਿਲੇ ਦਿਨ ਤੋਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਪੋਲੀਟੀਕਲ ਬੰਦੇ ਆ ਉਸ ਉਹਨਾਂ ਦੀ ਮਨਾਹੀ ਹੈ ਸੰਘਰਸ਼ ਦੇ ਵਿੱਚ ਆਉਣ ਦੀ ਉਹਨਾਂ ਨੂੰ ਸਟੇਜ ਨਹੀਂ ਦਿੱਤੀ ਜਾਊ ਸੰਘਰਸ਼ ਦੇ ਵਿੱਚ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਊਗਾ ਤੇ ਫਿਰ ਜਗਿੰਦਰ যাদਬ ਕਹੌਣ ਜੇ ਕ ਆਰਐਸਐਸ ਦਾ ਬੰਦਾ ਜਾਂ ਆਪਾਂ ਕਹਿ ਲਈਏ ਵੀ ਭਾਜੀਪੀ ਦਾ ਬੰਦਾ ਵਾ ਉਹਨੂੰ ਕੀ ਲੋੜ ਸੀ 3 ਮਹੀਨੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਉਹਨਾਂ ਨੂੰ ਲਾਮਬੰਦ ਕਰਦਾ ਤੇ ਆਪਦੇ ਪਿੱਛੇ ਜੋੜਦਾ ਉਹਦਾ ਅੰਦੋਲਨ ਨੂੰ ਢਾਹ ਲਾਉਣੀ ਸੀਗੀ ਉਹ ਫਿਰ ਜੋੜਦਾ ਥੋੜੀ ਬੰਦਿਆਂ ਜਿਹੜੇ ਲੱਖੇ ਸਧਾਨੇ ਦੀ ਗੱਲ ਕਰਦੇ ਹਾਂ ਅਸੀਂ ਉੱਥੇ ਸੀਗੇ ਲੱਖੇ ਸਧਾਨੇ ਦਾ ਇਹ ਚੀਜ਼ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਲੀਡਰ ਨੇ ਉਹ ਕਿਤੇ ਨਾ ਕਿਤੇ ਲੱਖੇ ਸਧਾਨੇ ਤੋਂ ਅਨਸਿਕਿਉਰ ਨੇ ਪਹਿਲਾਂ ਤਾਂ ਮੇਲੇ ਵਾਂਗੂ ਚੱਲ ਰਿਹਾ ਸੀਗਾ ਕੰਮ ਅਸਲੀ ਸੰਘਰਸ਼ ਅਸਲੀ ਘੋਲ ਹੁਣ ਚੱਲਿਆ ਵਾ ਜਦ ਬਾਦਾਮ ਖਾਨ ਨੂੰ ਮਿਲਦੇ ਜਦੋਂ ਸਾਰੇ ਚਲੇ ਜਾਂਦੇ ਸੀਗੇ ਜਦੋਂ ਹੁਣ ਸਾਨੂੰ ਲੋੜ ਆ ਸਾਡੇ ਮਤਲਬ ਲੋਕਾਂ ਦੀ ਲੋਕਾਂ ਨੂੰ ਸਾਡੀ ਲੋੜ ਆ ਹੁਣ ਸਾਡਾ ਖੜਨ ਦਾ ਟਾਈਮ ਆ ਹੁਣ ਅਸੀਂ ਪਿੱਠ ਦਿਖਾ ਕੇ ਭੱਜਣਾ ਨਹੀਂ ਹੈਗਾ ਉੱਥੋਂ ਇਹੀ ਨਿਸ਼ਾਨ ਸਾਹਿਬ ਨੂੰ ਦੇਖ ਕੇ ਜਦੋਂ ਲੋਕਡਾਊਨ ਚੱਲਦਾ ਸੀਗਾ ਲੋਕ ਆਸ ਨਾ ਆਉਂਦੇ ਸੀ ਵੀ ਇੱਥੋਂ ਸਾਨੂੰ ਲੰਗਰ ਖਾਨ ਨੂੰ ਮਿਲੂਗਾ ਤੇ ਇਹੀ ਨਿਸ਼ਾਨ ਸਾਹਿਬ ਦੇ ਥੱਲੇ 2017 ਦੇ ਵਿੱਚ ਦਿੱਲੀ ਫਤਿਹ ਦਿਵਸ ਮਨਾਇਆ ਗਿਆ ਸੀਗਾ ਜੋ ਦਿੱਲੀ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਭਾਰਤ ਸਰਕਾਰ ਨੇ ਰਲ ਕੇ ਮਨਾਇਆ ਸੀਗਾ ਉਦੋਂ ਵੀ ਨਿਸ਼ਾਨ ਸਾਹਿਬ ਹੀ ਲਾਇਆ ਸੀਗਾ ਤੇ ਹੁਣ ਕਿਉਂ ਇੰਨਾ ਪ੍ਰਪੋਗੰਡਾ ਕੀਤਾ ਜਾ ਰਿਹਾ ਇਹ ਕਿਤੇ ਨਾ ਕਿਤੇ ਸਰਕਾਰ ਨੇ ਮਤਲਬ ਇਸ ਅੰਦੋਲਨ ਨੂੰ ਢਾਹ ਲਾਉਣ ਲਈ ਬਦਨਾਮ ਕਰਨ ਲਈ ਇਹ ਇਦਾਂ ਦੀ ਸਾਰਜਸ਼ ਰਚੀ ਅਸਾਸੀ ਕਾਲ ਜੀ ਮੈਂ ਹਾਂ ਨਿਰਸ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ 26 ਜਨਵਰੀ ਨੂੰ ਜੋ ਦਿੱਲੀ ਬਾਰਡਰਾਂ ਤੇ ਹੋਇਆ ਲਾਲ ਕਿਲੇ ਦੇ ਵਿੱਚ ਹੋਇਆ ਕਿਤੇ ਨਾ ਕਿਤੇ ਇੱਕ ਜਿਹੜੀ ਨਰਾਸ਼ਤਾ ਸੀਗੀ ਉਹ ਕਿਸਾਨਾਂ 'ਚ ਆਈ ਉਸ ਤੋਂ ਬਾਅਦ ਫੇਰ ਅੱਗੇ ਤੁਸੀਂ ਦੇਖਿਆ ਕਿ ਰਕੇਸ਼ ਦੇਕਾਤ ਜੀ ਵੱਲੋਂ ਇੱਕ ਅੰਸੂ ਜਿਹੜੇ ਉਹਨਾਂ ਤੋਂ ਰੋਇਆ ਗਿਆ ਇੰਟਰਵਿਊ ਦੇ ਵਿੱਚ ਲੋਕਾਂ ਨੇ ਜਦੋਂ ਨੈਸ਼ਨਲ ਮੀਡੀਆ ਨੇ ਇੰਟਰਵਿਊ ਲਈ ਤਾ ਕਿਤੇ ਨਾ ਕਿਤੇ ਉਹ ਜਿਹੜੇ ਉਹਨਾਂ ਦੇ ਅਥਰੂ ਸੀਗੀ ਉਹਨਾਂ ਨੇ ਇੱਕ ਸੰਜੀਵਨੀ ਬੂਟੀ ਦਾ ਕੰਮ ਕੀਤਾ ਇਹ ਸਾਰਾ ਕੁਝ ਹੋਇਆ ਸਾਰਿਆਂ ਨੇ ਦੇਖਿਆ ਸਾਰਿਆਂ ਨੂੰ ਪਤਾ ਕੀ ਦੀ ਸਾਜ਼ਿਸ਼ ਸੀ ਕੀ ਹੋਇਆ ਕੀ ਨਹੀਂ ਹੋਇਆ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਨੌਜਵਾਨ ਆਗੂ ਨੇ ਉਹ ਹੁਣ ਤੱਕ ਚੁੱਪ ਜ਼ਰੂਰ ਬੈਠੇ ਸੀ ਉਹਨਾਂ ਨੂੰ ਐ ਸੀ ਕਿਤੇ ਕੋਈ ਅੰਦੋਲਨ ਦਾ ਜਿਹੜੇ ਕਿਤੇ ਕੋਈ ਟਾਹ ਨਾ ਲੱਗ ਜਾਵੇ ਕੋਈ ਗਲਤ ਗੱਲ ਜਿਹੜੀ ਮੂੰਹ 'ਚ ਉਹਨਾਂ ਨਿਕਲ ਜਾਵੇ ਤਾਂ ਜੋ ਕਿ ਜਿਹੜੀ ਅੰਦੋਲਨ ਨੂੰ ਖਰਾਬ ਕਰੇ ਉਸ ਤੋਂ ਬਾਅਦ ਹੁਣ ਕੁਛ ਨਾ ਕੁਛ ਆਗੂ ਥੋੜਾ ਜਿਹਾ ਬੋਲਣ ਲੱਗੇ ਨੇ ਕਿਉਂਕਿ ਕੁਝ ਗੱਲਾਂ ਜਿਹੜੀਆਂ ਨੇ ਕਈਆਂ ਨੂੰ ਨਹੀਂ ਵਧੀਆ ਲੱਗ ਰਹੀਆਂ ਨੇ ਕਿਸਾਨ ਆਗੂਆਂ ਦੀਆਂ ਤਾਂ ਜੋ ਕਿ ਕਿਤੇ ਉਹ ਕੋਈ ਗਲਤ ਮੈਸੇਜ ਨਾ ਚਲ ਜਾਵੇ ਇਸੇ ਸਬੰਧ ਦੇ ਵਿੱਚ ਸਾਡੇ ਨਾਲ ਗਿੱਲਾਂ ਪਿੰਡ ਤੋਂ ਲੁਧਿਆਣੇ ਦੇ ਗੱਗੀ ਗਿਲ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਨੌਜਵਾਨ ਬੁਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਸਾਰੇ ਵਿਸ਼ੇ ਤੇ ਵੀ ਉਹਨਾਂ ਦਾ ਕੀ ਕਹਿਣਾ ਹੈ ਇਸ ਵਿਸ਼ੇ ਤੇ ਸਾਰ ਸਤਿ ਸਾਕ ਜੀ ਭਾਈ ਸਤਿ ਸਾਕ ਜੀ ਸਾਰਿਆਂ ਨੂੰ ਭਾਈ ਜੀ ਸਭ ਤੋਂ ਪਹਿਲਾਂ ਜੋ ਲਾਲ ਕਿਲੇ ਤੇ ਹੋਇਆ ਸਾਰਿਆਂ ਨੂੰ ਪਤਾ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਉਹ ਇੱਕ ਪ੍ਰੀ ਪਲਾਨਡ ਸਰਕਾਰ ਦਾ ਕੀਤਾ ਕਰਾਇਆ ਸੀ ਜਾਂ ਉਹ ਚਾਂਚਕ ਹੋਇਆ ਜਾਂ ਇਹ ਜਿਹੜੇ ਕਿਸਾਨਾਂ ਦੇ ਵਿੱਚ ਵੀ ਕਹਿੰਦਾ ਮਤਲਬ ਕਿਸਾਨਾਂ ਵੱਲੋਂ ਹੀ ਕੀਤਾ ਗਿਆ ਤੁਹਾਡੀ ਕੀ ਪ੍ਰਤੀਕਿਰਿਆ ਇਸ ਤੇ ਭਾਈ ਦੇਖੋ ਜਿਹੜਾ ਮਤਲਬ ਇਹ ਪ੍ਰਪੋਗੰਡਾ ਕੀਤਾ ਗਿਆ ਉਹ ਸਰਕਾਰ ਵੱਲੀ ਵੀ ਪਲਾਨਡ ਸੀਗਾ ਜਿਹੜੀ ਆਪਣੇ ਕਿਸਾਨਾਂ ਦੀ ਉਹ ਮਨਸ਼ਾ ਨਹੀਂ ਸੀਗੀ ਵੀ ਨਾ ਤਾਂ ਉਹਨਾਂ ਨੇ ਤਿਰੰਗੇ ਨੂੰ ਆਪਣਾ ਜਿਹੜਾ ਤਿਰੰਗੇ ਦਾ ਕੋਈ ਅਪਮਾਨ ਕੀਤਾ ਵਾ ਸਿਰਫ ਇੱਕ ਖਾਲੀ ਪਈ ਪੋਸਟ ਦੇ ਉੱਤੇ ਆਪਦਾ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਜੋ ਕਿ ਸਾਡੀ ਜਿੱਤ ਦਾ ਪ੍ਰਤੀਕ ਆ ਨਿਸ਼ਾਨ ਸਾਹਿਬ ਤਾਂ ਜੇ ਨਿਸ਼ਾਨ ਸਾਹਿਬ ਤੋਂ ਇੰਨਾ ਇਹਨਾਂ ਨੂੰ ਹਰਖ ਆ ਗਿਆ ਨਿਸ਼ਾਨ ਸਾਹਿਬ ਤਾਂ ਸਾਡੀ ਸਾਡੀ ਸਿੱਖ ਰੈਜੀਮੈਂਟ ਉਹਦੀ ਮੂਹਰੇ ਲੱਗਦਾ ਜਿਹੜਾ ਆਪਣੀਆਂ ਚਾਈਨਾ ਦੀਆਂ ਬਾਰਡਰਾਂ ਦੇ ਉੱਤੇ ਇਹਨਾਂ ਨੇ ਨਿਸ਼ਾਨ ਸਾਹਿਬ ਲਵਾਏ ਹੋਏ ਨੇ ਇਹੀ ਨਿਸ਼ਾਨ ਸਾਹਿਬ ਨੂੰ ਦੇਖ ਕੇ ਜਦੋਂ ਲੋਕਡਾਊਨ ਚੱਲਦਾ ਸੀਗਾ ਲੋਕ ਆਸਣਾ ਆਉਂਦੇ ਸੀ ਵੀ ਇਥੋਂ ਸਾਨੂੰ ਲੰਗਰ ਖਾਣ ਨੂੰ ਮਿਲੂਗਾ ਤੇ ਇਹੀ ਨਿਸ਼ਾਨ ਸਾਹਿਬ ਦੇ ਥੱਲੇ 2017 ਦੇ ਵਿੱਚ ਦਿੱਲੀ ਫਤਿਹ ਦਿਵਸ ਮਨਾਇਆ ਗਿਆ ਸੀਗਾ ਜੋ ਦਿੱਲੀ ਪ੍ਰਬੰਧਕ ਗੁਰਦੁਆਰਾ ਕਮੇਟੀ ਤੇ ਭਾਰਤ ਸਰਕਾਰ ਨੇ ਰਲ ਕੇ ਮਨਾਇਆ ਸੀਗਾ ਉਦੋਂ ਵੀ ਨਿਸ਼ਾਨ ਸਾਹਿਬ ਹੀ ਲਾਇਆ ਸੀਗਾ ਤੇ ਹੁਣ ਕਿਉਂ ਇੰਨਾ ਪ੍ਰੋਪਗੈਂਡਾ ਕੀਤਾ ਜਾ ਰਿਹਾ ਇਹ ਕਿਤੇ ਨਾ ਕਿਤੇ ਸਰਕਾਰ ਨੇ ਮਤਲਬ ਇਸ ਅੰਦੋਲਨ ਨੂੰ ਢਾਹ ਲਾਉਣ ਲਈ ਬਦਨਾਮ ਕਰਨ ਲਈ ਇਹ ਇਦਾਂ ਦੀ ਸਾਜਿਸ਼ ਰਚੀ ਤੇ ਕਿਤੇ ਨਾ ਕਿਤੇ ਜਿਹੜੀ ਇਹ ਸ਼ੱਕ ਹੁੰਦੀ ਆ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸਾਡੇ ਕਿਸਾਨ ਆਗੂ ਨੇ ਕੁਝ ਕੁ ਕਿਸਾਨ ਆਗੂ ਸਾਰੇ ਨਹੀਂ ਕੁਝ ਕੁ ਕਿਸਾਨ ਆਗੂ ਵੀ ਇਸ ਦੇ ਵਿੱਚ ਉਹਨਾਂ ਦੀ ਮਿਲੀ ਭੁਗਤ ਨਾਲ ਇਹ ਜਿਹੜਾ ਹੋਇਆ ਪ੍ਰੋਗਰਾਮ ਰਖਾਇਆ ਗਿਆ ਕਿਉਂਕਿ ਜਿਹੜਾ 26 ਜਨਵਰੀ ਦੀ ਕਾਲ ਦਿੱਤੀ ਆ ਉਹਨੂੰ ਕਾਲ ਦੇਣ ਵਾਲੇ ਨੂੰ ਜਗਿੰਦਰ যাদਬ ਜਗਿੰਦਰ ਜਗਿੰਦਰ যাদਬ ਨੇ ਕਾਲ ਦਿੱਤੀ ਆ ਨਾ ਤਾਂ ਉਹ ਕਿਸਾਨ ਆਗੂ ਆ ਨਾ ਉਹ ਪੰਜਾਬ ਦਾ ਨਾ ਉਹ ਹਰਿਆਣਾ ਦਾ ਉਹਨੇ 20 ਪੋਲਿਟਿਕਲ ਪਾਰਟੀਆਂ ਬਦਲੀਆਂ ਨੇ ਉਹ ਕੌਣ ਹੁੰਦਾ ਸਾਡੇ ਲੋਕਾਂ ਨੂੰ ਕਾਲ ਦੇਣਾ ਕਿਤੇ ਨਾ ਕਿਤੇ ਜਿਹੜਾ ਜੋਗਿੰਦਰ যাদਬਾ ਕਿਸਾਨਾਂ ਨੇ ਉਹਨੂੰ ਆਪਣੇ ਨਾਲ ਕਿਉਂ ਰੱਖਿਆ ਹੋਇਆ ਬਈ ਸਵਾਲ ਇਹੀ ਪੈਦਾ ਹੁੰਦਾ ਵਾ ਫਿਰ ਇਹਦਾ ਮਤਲਬ ਕਿਸਾਨ ਆਗੂ ਵੀ ਕਿਤੇ ਨਾ ਕਿਤੇ ਖਰਾਬੀ ਕਰਦੇ ਜੇ ਅਸੀਂ ਸਵਾਲ ਜੇ ਅਸੀਂ ਕਿਸਾਨਾਂ ਤੋਂ ਸਵਾਲ ਪੁੱਛਦੇ ਹਾਂ ਕੋਈ ਇਹੋ ਜਿਹੀਆਂ ਗੱਲਾਂ ਜਦੋਂ 8 ਦਸੰਬਰ ਤੋਂ ਬਾਅਦ ਮੀਟਿੰਗਾਂ ਦਾ ਮਤਲਬ 8 ਦਸੰਬਰ ਵਾਲੀ ਮੀਟਿੰਗ ਤੋਂ ਬਾਅਦ ਕਾਫੀ ਟਾਈਮ ਮੀਟਿੰਗ ਨਹੀਂ ਹੋਈ ਸੀਗੀ ਅਸੀਂ ਦੋ ਤਿੰਨ ਆਗੂਆਂ ਨੂੰ ਕਿਰੇ ਹੁਣ 9 ਤਾਂ ਚਲੋ ਕੀ ਲੈਣਾ ਵਾ ਅਸੀਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਲੋਕਾਂ ਦੇ ਵਿੱਚ ਨਿਰਾਸ਼ਾ ਆ ਰਹੀ ਆ ਬਈ ਅੱਗੇ ਤੁਹਾਡੀ ਕੀ ਮਤਲਬ ਜਿਹੜੀ ਸਟ੍ਰੈਟੇਜੀ ਆ ਕੀ ਆ ਵੀ ਅੱਗੇ ਵਿਉਂਤਬੰਦੀ ਤੁਹਾਡੀ ਕੀ ਬਣਾਈ ਹੋਈ ਆ ਉਹ ਸਾਨੂੰ ਜਵਾਬ ਦੇਣ ਦੀ ਬਜਾਏ ਜੇਬ ਚੋਂ ਦਵਾਈਆਂ ਦੀ ਪੂੜੀ ਕੱਢ ਕੇ ਦਿਖਾ ਦਕਰ ਮੈਂ ਥੋੜਾ ਜਿਹਾ ਦੋ ਤਿੰਨ ਲੀਡਰਾਂ ਨੇ ਸਾਡੇ ਨਾਲ ਇੱਕ ਚੀਜ਼ ਕੀਤੀ ਪੁੱਤਰੋ ਮੈਂ ਥੋੜਾ ਜਿਹਾ ਢਿੱਲਾਂ ਆਪਾਂ ਫੇਰ ਇਸ ਬਾਰੇ ਗੱਲ ਕਰਾਂਗੇ ਮਤਲਬ ਕਿ ਟਾਲ ਰਹੇ ਸੀ ਗੱਲਾਂ ਟਾਲ ਟੋਲ ਕਰ ਰਹੇ ਸੀਗੇ ਤੇ ਜਿਹੜਾ ਹੁਣ ਜੋਗਿੰਦਰ যাদਬ ਆ ਪਹਿਲੇ ਦਿਨ ਤੋਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਪੋਲਿਟਿਕਲ ਬੰਦੇ ਆ ਉਸ ਉਹਨਾਂ ਦੀ ਮਨਾਹੀ ਹੈ ਸੰਘਰਸ਼ ਦੇ ਵਿੱਚ ਆਉਣ ਦੀ ਉਹਨਾਂ ਨੂੰ ਸਟੇਜ ਨਹੀਂ ਦਿੱਤੀ ਜਾਊ ਸੰਘਰਸ਼ ਵਿੱਚ ਉਹਨਾਂ ਨੂੰ ਆਉਣ ਨਹੀਂ ਦਿੱ ਜਗਿੰਦਰ ਜੱਵਦੀ ਜੀ ਆਪਾਂ ਪਛਾਣ ਕਰਨੀ ਹੋਵੇ ਉਹਦੀ ਸਾਫ ਇਹ ਤੁਸੀਂ ਉਹਦਾ ਮਤਲਬ ਬੈਕਗ੍ਰਾਉਂਡ ਚੈੱਕ ਕਰਕੇ ਦੇਖ ਸਕਦੇ ਹੋ ਉਹ ਇਹੋ ਜਿਹਾ ਬੰਦਾ ਵਾ ਵੀ ਉਹ ਸਰਕਾਰਾਂ ਦਾ ਮੀਡੀਏਟਰ ਬਣਦਾ ਜੇ ਕਿਤੇ ਰੌਲਾ ਪਿੰਦਾ ਵਾ ਸਰਕਾਰ ਦਾ ਜਾਂ ਜਿਹੜੀ ਆਮ ਜਨਤਾ ਦਾ ਕਿਤੇ ਕੋਈ ਅੰਦੋਲਨ ਹੁੰਦਾ ਜਾਂ ਕੋਈ ਜਿਹੜੀ ਲੀਡਰਾਂ ਦੀ ਮਤਲਬ ਕੋਈ ਪੋਲੀਟੀਕਲੀ ਮਤਲਬ ਕੋਈ ਰੌਲਾ ਪਿੰਦਾ ਵਾ ਉਹਦੇ ਚ ਇਹ ਮੀਡੀਏਟਰ ਦਾ ਕੰਮ ਕਰਦਾ ਉਹਦਾ ਕੰਮ ਕਰਦੇ ਨੇ ਤਾਂ ਜੋ ਵੀ ਸਰਕਾਰ ਨੇ ਕਿਸੇ ਤਰੀਕੇ ਨਾਲ ਪਹਿਲਾਂ ਹੀ ਇਹਨੂੰ ਇਹਦੇ ਵਿੱਚ ਪਲਾਨ ਮਤਲਬ ਪਲਾਂਟ ਕਰ ਦਿੱਤਾ ਵਾ ਪਰ ਕਿਤੇ ਨਾ ਕਿਤੇ ਚਲੋ ਮੰਨ ਲੈਂਦੇ ਆ ਵੀ ਪਲਾਂਟ ਕੀਤਾ ਹੋਊ ਪਰ ਜਿਹੜਾ ਦੀਪ ਸਿੱਧੂ ਆ ਉਹਦੇ ਤੇ ਵੀ ਇਲਜ਼ਾਮ ਲੱਗਦੇ ਨੇ ਵੀ ਇਹ ਵੀ ਆਰਐਸਐਸ ਦਾ ਬੰਦਾ ਹੈ ਵੀ ਪਲਾਨਟ ਕੀਤਾ ਹੋਇਆ ਬੰਦਾ ਵਾ ਜੋ ਹੁਣ ਹੋਇਆ 26 ਜਨਵਰੀ ਨੂੰ ਉਹ ਵੀ ਸਾਰਿਆਂ ਨੇ ਦੇਖਿਆ ਵੀ ਕੇਸਰੀ ਝੰਡਾ ਉਹਨਾਂ ਦੇ ਹੱਥ 'ਚ ਸੀ ਉਹ ਮੌਕੇ ਤੇ ਲਾਲ ਕਿਲੇ ਤੇ ਸੀ ਹੁਣ ਉਹਨਾਂ ਤੇ ਦੇਖਿਆ ਜਾਵੇ ਤਾਂ ਮੁਕੱਦਮਾ ਵੀ ਦਰਜ ਹੋ ਚੁੱਕਿਆ ਵਾ ਤੁਸੀਂ ਕੀ ਇਸ ਸੀ ਨੂੰ ਜਾਣੋਗੇ ਕਿ ਵਾਕਈ ਉਹ ਉਹ ਆਰਐਸਐਸ ਦਾ ਬੰਦਾ ਸੀ ਜਾਂ ਕੋਈ ਇਹ ਵੀ ਪਲਾਨ ਕੀਤੀਆਂ ਗੱਲਾਂ ਨੇ ਬਈ ਦੇਖੋ ਜਿਹੜਾ ਆਪਾਂ ਵੀ ਇਹ ਚੀਜ਼ ਸਮੇਂ ਤੇ ਛੱਡ ਦੰਨੇ ਆ ਹੂੰ ਵੀ ਦੀਪ ਸਿੱਧੂ ਆਰਐਸਐਸ ਦਾ ਬੰਦਾ ਸੀ ਜਾਂ ਸੱਚਾ ਬੰਦਾ ਸੀ ਆਪਾਂ ਉਹਦੀ ਬਕਾਇਤ ਨਹੀਂ ਕਰਦੇ ਪਰ ਕੁਝ ਕੁ ਸਵਾਲ ਨੇ ਉਹ ਜੇ ਉਹਨਾਂ ਨੇ ਜਵਾਬ ਮਿਲ ਜਣ ਤਾਂ ਬੜੀ ਵਧੀਆ ਗੱਲ ਆ ਜੇਕਰ ਆਰਐਸਐਸ ਦਾ ਬੰਦਾ ਜਾਂ ਆਪਾਂ ਕਹਿ ਲਈਏ ਵੀ ਭਾਜੀਪੀ ਦਾ ਬੰਦਾ ਵਾ ਉਹਨੂੰ ਕੀ ਲੋੜ ਸੀ ਤਿੰਨ ਮਹੀਨੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਉਹਨਾਂ ਨੂੰ ਲਾਮ ਲਾਮਬੰਦ ਕਰਦਾ ਤੇ ਆਪਦੇ ਪਿੱਛੇ ਜੋੜਦਾ ਉਹਦਾ ਅੰਦੋਲਨ ਨੂੰ ਢਾਹ ਲਾਉਣੀ ਸੀਗੀ ਉਹ ਫਿਰ ਜੋੜਦਾ ਥੋੜੀ ਬੰਦਿਆਂ ਨੂੰ ਨਾਲ ਤੇ ਜਦੋਂ 26 ਨਵੰਬਰ ਦੀ ਕਾਲ ਸੀ ਵੀ ਦਿੱਲੀ ਜਾਣ ਦੀ ਇਹੀ ਕਿਸਾਨ ਆਗੂ ਜਿਹੜੇ ਹੈਗੇ ਆ ਇਹ ਸਾਰੇ ਜਿਹੜੇ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਬੈਰੀਗੇਟਿੰਗ ਹੋਈ ਆ ਰੋਕਿਆ ਗਿਆ ਹਰਿਆਣਾ ਦੀ ਪੁਲਿਸ ਦੇ ਵੱਲੋਂ ਪੈਰਾ ਮਿਲਟਰੀ ਫੋਰਸਿਸ ਦੇ ਵੱਲੋਂ ਰੋਕਿਆ ਗਿਆ ਇਹੀ ਕਿਸਾਨ ਆਗੂ ਕਹਿੰਦੇ ਵੀ ਆ ਆਲੇ ਦੁਆਲੇ 2-2 3-3 ਕੀਲੇ 4-4 ਕੀਲੇ ਲੈ ਲਓ ਠੇਕੇ ਤੇ ਵੀ ਇੱਥੇ ਹੀ ਅਸੀਂ ਬੈਠ ਜਾਣਾ ਵਾ ਉਦੋਂ ਨੌਜਵਾਨਾਂ ਨੇ ਆਪ ਆਪ ਮਹਾਰੇ ਕੋਈ ਆਪਾਂ ਕੱਲੇ ਦੀਪ ਸਿੱਧੂ ਨੂੰ ਨਹੀਂ ਕਹਿ ਸਕਦੇ ਕਿ ਜਾਂ ਕਿਸੇ ਹੋਰ ਦਾ ਨਾਮ ਲੈ ਕੇ ਨਹੀਂ ਕਹਿ ਸਕਦੇ ਹੈਗੇ ਲੋਕਾਂ ਦੇ ਜੋਸ਼ ਨੇ ਇਹਨਾਂ ਨੂੰ ਉੱਥੇ ਵੜਿਆ ਵਾ ਕਿਸਾਨ ਆਗੂ ਦਾ ਕਿਤੇ ਕਿਤੇ ਢੇਰੀ ਢਾਲੀ ਸੀ ਵੀ ਅਸੀਂ ਤਾਂ ਇੱਥੇ ਬਹਿ ਜਾਣਾ ਵਾ ਗੱਗੀ ਜੀ ਮੰਨ ਲੈਣਿਆ ਕਿ ਕਿਉਂਕਿ ਦੀਪ ਸਿੱਧੂ ਤੇ ਪਹਿਲੇ ਦਿਨ ਤੋਂ ਹੀ ਇਲਜ਼ਾਮ ਲੱਗਦੇ ਆ ਰਹੇ ਨੇ ਵੀ ਉਹ ਆਰਐਸ ਦਾ ਬੰਦਾ 1 ਮਿੰਟ ਲਈ ਅਸੀਂ ਮੰਨ ਵੀ ਲੈਨੇ ਆ ਵੀ ਹੋ ਵੀ ਸਕਦਾ ਪਰ ਲੱਖੇ ਸਿਧਾਣੇ ਦਾ ਇਸ ਚੀਜ਼ ਦੇ ਨਾਲ ਕੀ ਉਹਦਾ ਟਾਈ ਆਪਾ ਕੀ ਉਹਦਾ ਰੋਲ ਆ ਕਿਉਂਕਿ ਲੱਖੇ ਸਿਧਾਣੇ ਨੇ ਦੇਖਿਆ ਜਾਵੇ ਤਾਂ ਜਿਹੜੀ ਨੌਜਵਾਨ ਆਗੂ ਨੇ ਜਾਂ ਨੌਜਵਾਨ ਜਿਹੜੇ ਸਾਡੇ ਪੰਜਾਬ ਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋੜਿਆ ਪਰ ਹੁਣ ਇੱਕ ਮੁਕਦਮਾ ਹੋਰ ਤੇ ਵੀ ਦਰਜ ਕੀਤਾ ਗਿਆ ਉਹਦੇ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਵੀ ਇਹਨੇ ਵੀ ਕਿਤੇ ਨਾ ਕਿਤੇ ਜਿਹੜਾ ਅੰਦੋਲਨ ਨੂੰ ਢਾਹ ਲਾਈ ਆ ਮੁਕਦਮਾ ਤਾਂ ਬਾਈ ਜਿਹੜੇ ਮੁਕਦਮੇ ਦਰਜ ਹੋਏ ਆ ਉਹ ਸਰਕਾਰ ਨੇ ਸ਼ਾਸ਼ਤ ਤਹਿਤ ਹੀ ਦਰਜ ਕੀਤੇ ਆ ਪਰ ਲੋਕ ਸਦਾਨੇ ਦਾ ਤਾਂ ਕੋਈ ਰੋਲ ਲੱਗਦਾ ਨਹੀਂ ਕਿਉਂਕਿ ਉਹਨੇ ਤਾਂ ਕੋਈ ਬਿਆਨ ਵੀ ਨਹੀਂ ਦਿੱਤਾ ਨਾ ਉਹ ਉਹ ਮੌਕੇ ਤੇ ਲਾਲ ਕਿਲੇ ਤੇ ਵੀ ਨਹੀਂ ਆਇਆ ਰੋਲ ਤਾਂ ਹੁਣ ਜੇ ਦੇਖੀਏ ਆਪਾਂ ਕਿਸਾਨ ਲੀਡਰ ਵੀ ਨਹੀਂ ਗਏ ਹੈਗੇ ਉੱਥੇ ਤਾਂ ਪਰਚੇ ਤਾਂ ਉਹਨਾਂ ਦੇ ਵੀ ਦਰਜ ਹੋਗੇ ਨਾ ਪਰ ਰੌਲਾ ਇਹ ਆ ਵੀ ਸਰਕਾਰ ਪ੍ਰੈਸ਼ਰਾਈਜ਼ ਕਰਨਾ ਚਾਹੁੰਦੀ ਆ ਵੀ ਕਿਤੇ ਨਾ ਕਿਤੇ ਇਹ ਬੰਦੇ ਦਾ ਜਦੋਂ ਪ੍ਰੈਸ਼ਰ ਪਊਗਾ ਇਹ ਇਥੋਂ ਤੇ ਲੋਕ ਜਦੋਂ ਆਪ ਮਾਰੇ ਕੱਲੇ ਰਹਿ ਜਾਣਗੇ ਜਦੋਂ ਉਹਨਾਂ ਨੂੰ ਨਹੀਂ ਪਤਾ ਲੱਗੂਗਾ ਇਹ ਸਿਰਫ ਅੰਦੋਲਨ ਨੂੰ ਠਾਹ ਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਹੀਂ ਤੁਹਾਡੀ ਗੱਲ ਵੀ ਜਿਹੜੇ ਲੱਖੇ ਸਧਾਨੇ ਦੀ ਗੱਲ ਕਰਦੇ ਹੋ ਅਸੀਂ ਉੱਥੇ ਸੀਗੇ ਲੱਖੇ ਸਧਾਨੇ ਦਾ ਇਹ ਚੀਜ਼ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਲੀਡਰ ਨੇ ਉਹ ਕਿਤੇ ਨਾ ਕਿਤੇ ਲੱਖੇ ਸਧਾਨੇ ਤੋਂ ਅਨਸਿਕਿਉਰ ਨੇ ਮੈਂ ਮੈਂ ਗੱਗੀ ਜੀ ਇਹੀ ਗੱਲ ਕਰਨ ਲੱਗਿਆ ਸੀਗੀ ਵੀ ਬਾਕੀ ਕਿਸਾਨ ਆਗੂ ਆ ਉਹਨਾਂ ਤੇ ਵੀ ਪਰਚਾ ਦਰਜ ਹੋਇਆ ਲੱਖੇ ਤੇ ਵੀ ਉਹੀ ਪਰਚਾ ਦਰਜ ਹੋਇਆ ਪਰ ਲੱਖਾ ਅੰਡਰਗਰਾਉਂਡ ਆ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਇਹ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਜਿਹੜੇ ਇੱਕ ਤਰ੍ਹਾਂ ਦੇ ਆਪਣੇ ਇਹਨੂੰ ਚੌਂਕੀਦਾਰਕ ਹੁੰਦੇ ਨੇ ਜਦੋਂ ਕੋਈ ਘਰ ਚ ਚੋਰੀ ਹੁੰਦੀ ਆ ਤਾਂ ਚੌਂਕੀਦਾਰ ਹੋਕਾ ਦਿੰਦਾ ਇਹ ਵੀ ਇੱਕ ਤਰ੍ਹਾਂ ਦੇ ਉਹ ਚੌਂਕੀਦਾਰ ਨੇ ਇਸ ਅੰਦੋਲਨ ਦੇ ਵੀ ਜਦੋਂ ਕੁਝ ਹੋਣ ਲੱਗਦਾ ਤਾਂ ਪਹਿਲਾਂ ਹੋਕਾ ਦਿੰਦੇ ਨੇ ਕਿਤੇ ਨਾ ਕਿਤੇ ਹੁਣ ਇਹਨਾਂ ਨੂੰ ਸਾਈਡ ਤੇ ਕੀਤਾ ਜਾ ਰਿਹਾ ਕਿਉਂਕਿ ਲੱਖਾ ਸਦਾਨਾ ਹੁਣ ਦੇਖਿਆ ਨਹੀਂ ਨਾ ਲਾਈਵ ਵੀ ਨਹੀਂ ਹੋਇਆ ਉਹ ਤੇ ਨਾ ਹੀ ਅੰਦੋਲਨ ਦੇ ਵਿੱਚ ਆਏ ਬਾਕੀ ਆਗੂ ਉਦਾਂ ਹੀ ਉੱਥੇ ਬੈਠਾ ਵਾ ਉਹਨੇ ਕੱਲ ਵੀ ਕੱਲ ਵੀ ਲਾਈਵ ਹੋਇਆ ਵਾ ਇਹ ਕਿਤੇ ਨਾ ਕਿਤੇ ਕਿਸਾਨ ਜੱਥੇਬੰਦੀਆਂ ਮੈਂ ਤੁਹਾਨੂੰ ਦੱਸਿਆ ਨਾ ਵੀ ਇਹ ਕਿਤੇ ਨਾ ਕਿਤੇ ਇਨਸਿਕਿਉਰ ਸੀਗੀਆਂ ਇਹ ਦੋ ਤਿੰਨ ਬੰਦਿਆਂ ਤੋਂ ਵੀ ਇਹ ਜਿਹੜੀ ਜਾਨਣਾ ਤਾਂ ਵੀ ਸਾਨੂੰ ਸਰਕਾਰ ਦੇ ਨਾਲ ਕੋਈ ਰਲਮੀ ਗੱਲ ਕਰਨ ਦੇਣਗੇ ਵੀ ਇਹ ਲੋਕਾਂ ਨੂੰ ਜਾਗਰੂਕ ਕਰਦੇ ਆ ਲੋਕਾਂ ਦੀ ਆਵਾਜ਼ ਉਠਾਉਂਦੇ ਆ ਦੇਖੋ ਆਪਾਂ ਸਟੇਜਾਂ ਤੋਂ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆਂ ਵੀ ਗਾ ਮੋਦੀ ਦੀ ਗਰਦਨ ਤੇ ਗੋਡਾ ਧਰ ਲੈਣਾ ਮੈਂ ਇਹ ਕਰ ਲੈਣਾ ਇਹ ਸਾਡੇ ਕਿਸਾਨ ਆਗੂ ਕਰਦੇ ਰਹੇ ਆ ਹੁਣ ਤੱਕਰ ਹਲੇ ਤਾਂ ਐਡੀ ਕੋਈ ਗੱਲਬਾਤ ਵੀ ਨਹੀਂ ਹੋਈ ਸੀਗੀ ਪੀਚਾ ਪੈ ਗਿਆ ਜੀ ਸੈਂਟਰ ਨਾਲ ਇਹ ਹੋ ਗਿਆ ਜੇ ਹੋ ਗਿਆ ਪੀਚੇ ਫਿਰ ਤਾਂ ਤੁਸੀਂ ਪਤੰਗਾਂ ਲਈ ਸਮਝਦੇ ਸੀਗੇ ਤੇ ਉਦਾਂ ਦੀ ਤਾਂ ਕੋਈ ਹਲੇ ਉਦੋਂ ਦਾ ਕੋਈ ਮਾਹੌਲ ਵੀ ਨਹੀਂ ਕ੍ਰੀਏਟ ਹੋਇਆ ਹੈਗਾ ਤੁਸੀਂ ਤਾਂ ਪਹਿਲਾਂ ਹੀ ਤੁਸੀਂ ਆਪਦੇ ਨੌਜਵਾਨਾਂ ਦੀ ਖੜਨ ਦੀ ਉਹਨਾਂ ਦੇ ਨਾਲ ਖੜਨ ਦੀ بجائے ਤੁਸੀਂ ਸਰਕਾਰ ਨੂੰ ਸਫਾਈਆਂ ਦੇਣ ਲੱਗੇ ਹੋਏ ਆਂ ਵੀ ਸਾਡੇ ਇਹਦੇ 'ਚ ਕੋਈ ਰੋਲ ਨਹੀਂ ਸਾਡੇ ਬੰਦੇ ਨਹੀਂ ਹੈਗੇ ਕਿੱਡੀ ਘਟੀਆ ਗੱਲ ਇਹ ਇਹ ਲੀਡਰ ਇਹ ਲੀਡਰ ਹੀ ਆਉਣ ਲੱਗਿਆ ਸੀ ਵੀ ਤਿਰੰਗੇ ਦਾ ਅਪਮਾਨ ਵੀ ਹੋਇਆ ਇਹ ਕਹਿ ਰਹੇ ਨੇ ਉਸ ਤੋਂ ਬਾਅਦ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ ਨੇ ਇੱਕ ਨੌਜਵਾਨ ਦੀ ਡੈਥ ਵੀ ਹੋ ਚੁੱਕੀ ਆ ਹੁਣ ਜਦੋਂ ਦੀ ਡੈਥ ਹੋ ਜਾਂਦੀ ਆ ਤਾਂ ਉਹ ਕਹਿੰਦੇ ਨੇ ਜਿਹੜੇ ਕਿਸਾਨ ਆਗੂ ਨੇ ਜਿਹੜੇ ਲੀਡਰੀ ਕਰਦੇ ਨੇ ਜਿਹੜੇ ਮੇਨ ਸਟੇਜ ਸਾਹਮਣੇ ਉਹ ਕਹਿੰਦੇ ਵੀ ਇਹ ਤਾਂ ਸਾਡੇ ਬੰਦੇ ਹੀ ਨਹੀਂ ਹੈਗੇ ਇਹਦਾ ਮਤਲਬ ਜੇ ਇਹ ਗੱਲ ਨੂੰ ਇਹ ਸਟੇਜ ਤੋਂ ਕਹਿਣਗੇ ਕਿਹੜੀਆਂ ਮਾਮਾ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਉਹ ਭੇਜਣ ਗਿਆ ਅੰਦੋਲਨ ਦੇ ਵਿੱਚ ਵੀ ਜਾਓ ਜਾ ਕੇ ਉੱਥੇ ਮਰੋ ਬਿਲਕੁਲ ਉਹੀ ਗੱਲ ਹੈ ਬਈ ਸਾਨੂੰ ਸਾਡੇ ਅਸੀਂ ਅਸੀਂ ਕਿਸੇ ਦੀ ਕੀ ਗੱਲ ਕਰਨੀ ਆ ਜਦੋਂ ਇਹ ਸਾਰਾ ਕੁਝ ਹੋਇਆ ਸਾਡੇ ਘਰਾਂ ਦੇ ਖੁਦ ਦੇ ਫੋਨ ਆਏ ਆ ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਇਦਾਂ ਦਿਖਾ ਰਿਹਾ ਸੀਗਾ ਵੀ ਉੱਥੇ ਇੰਨਾ ਮਾਹੌਲ ਖਰਾਬ ਹੋ ਗਿਆ ਅਸੀਂ ਘਰਾਂ ਦੇ ਨੂੰ ਦੱਸਿਆ ਵੀ ਭਾਈ ਇਦਾਂ ਦੀ ਕੋਈ ਗੱਲ ਨਹੀਂ ਇੱਥੇ ਮਾਹੌਲ ਸ਼ਾਂਤੀਪੂਰਕ ਆ ਅਸੀਂ 2 ਦਿਨ ਫੇਰ ਉਦੋਂ ਬਾਅਦ ਆਏ ਆ ਇੱਥੇ ਕਿਉਂਕਿ ਲੋਕ ਜਿਹੜੇ ਵਾਪਸ ਆਏ ਸਾਨੂੰ ਆਏ ਸੀ ਵੀ ਪਿੰਡਾਂ ਦੇ ਵਿੱਚ ਜਾ ਕੇ ਦੁਬਾਰ ਜਦੋਂ ਐਡੇ ਵੱਡੇ ਵੱਡੇ ਸੰਘਰਸ਼ ਚ ਚੱਲਦੇ ਹਨ ਤੱਤਾ ਠੰਡਾ ਚੱਲਦਾ ਹੀ ਰਹਿੰਦਾ ਵਾ ਤਰਾਪ ਚੜਾਵ ਆਉਂਦੇ ਰਹਿੰਦੇ ਆ ਅਸੀਂ ਇੱਕ ਪਾਸੇ ਦਾ ਆਪਦੇ ਆਪ ਨੂੰ ਹਰੀ ਸਿੰਘ ਨਲੂਏ ਦੇ ਬਾਰਸਕਾਉਣੇ ਆ ਬਾਬਾ ਭਗੇਲ ਸਿੰਘ ਦੇ ਬਾਰਸਕਾਉਣੇ ਆ ਤੇ ਮੈਂ ਉਹੀ ਗੱਲ ਕਰ ਲੰਗਿਆ ਸੀ ਵੀ ਹੁਣ ਹੁਣ ਜਿਹੜੇ 3-4 ਮਹੀਨੇ ਤੋਂ ਪਿਛਲੇ ਲਗਾਤਾਰ ਜਿਹੜੀਆਂ ਨੇ ਗਾਣੇ ਵੀ ਕੱਢੇ ਜਾ ਰਹੇ ਨੇ ਪੂਰਾ ਜੋਸ਼ ਦੇ ਨਾਲ ਕਹਿ ਰਹੇ ਨੇ ਵੀ ਅਸੀਂ ਸਾਡਾ ਇਤਿਹਾਸ ਚੱਕ ਕੇ ਦੇਖ ਲਓ ਪਰ ਜਦੋਂ ਹੁਣ ਗੱਲ ਥੋੜੀ ਜੀ ਮੁਸੀਬਤ ਤੇ ਆਈ ਤਾਂ ਜਿਹੜੇ ਕਿਸਾਨ ਆਗੂ ਨੇ ਜਾਂ ਲੋਕ ਨੇ ਉਹ ਕਿਤੇ ਨਾ ਕਿਤੇ ਪਿੱਛੇ हटਦੇ ਜੇ ਨਜ਼ਰ ਆ ਰਹੇ ਨੇ ਬਈ ਉਹੀ ਪਿੱਟ ਧਕੋ ਕੇ ਕੰਮ ਪਰ ਪਤਾ ਕੀ ਹੈ ਬਈ ਆਪਣੇ ਪੰਜਾਬ ਦੇ ਲੋਕ ਜਿਹੜੇ ਜਜ਼ਬਾਤੀ ਲੋਕ ਨੇ ਜਜ਼ਬਾਤੀ ਨੇ ਉਹਨਾਂ ਨੂੰ ਮਤਲਬ ਇਹ ਏਜੰਡਾ ਮਤਲਬ ਉਹਨਾਂ ਦੇ ਦਿਮਾਗ ਦੇ ਵਿੱਚ ਇਦਾਂ ਤਰ੍ਹਾਂ ਬਿਠਾਇਆ ਗਿਆ ਵਾ ਚਾਹੇ ਉਹ ਸਾਡੀਆਂ ਕਿਸਾਨ ਜਥੇਬੰਦੀ ਹੋਣ ਚਾਹੇ ਉਹ ਨੈਸ਼ਨਲ ਮੀਡੀਆ ਵੀ ਅਸੀਂ ਬਹੁਤ ਵੱਡਾ ਗਲਤ ਕੰਮ ਕਰਤਾ ਕਿਤੇ ਲਾਲ ਕਿਲੇ ਦੇ ਤੇ ਜੋ ਕਿ ਨਹੀਂ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਜਿਹੜੇ ਇਹ ਮਤਲਬ ਜਿਹੜੇ ਗੋਦੀ ਇਹਦੇ મોદી ਦੇ ਜਿਹੜੇ ਅੰਦੇ ਭਗਤ ਨੇ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕਰਦੇ ਆ ਇਹ ਇਹਨਾਂ ਨੇ ਜਿਹੜਾ ਉਦੈਪੁਰ ਦੀ ਸੈਸ਼ਨ ਕੋਰਟ ਦੇ ਉੱਤੇ ਭਗਵਾ ਝੰਡਾ ਲਹਿਰਾਇਆ ਸੀਗਾ ਜੋਗੀ ਦਿੱਤਿਆ ਨਾਥ ਦੀ ਰੈਲੀ ਦਾ ਪਹਿਲਾ ਮਤਲਬ ਉਹਦੇ ਥੱਲੇ ਆਪਣਾ ਤਿਰੰਗਾ ਸੀਗਾ ਤਿਰੰਗੇ ਦੇ ਉੱਤੇ ਆਪਣਾ ਜਿਹੜਾ ਇਹਨਾਂ ਦਾ ਬੀਜੇਪੀ ਦਾ ਝੰਡਾ ਸੀਗਾ ਕਿਤੇ ਨਾ ਕਿਤੇ ਉਹ ਇਹਨਾਂ ਨੂੰ ਦਿਖਦਾ ਨਹੀਂਗਾ ਵੀ ਉਹ ਵੀ ਇੱਕ ਜਿਹੜੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਚੱਕਣਾ ਚਾਹੀਦਾ ਫਿਰ ਬਾਈ ਜੀ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਜਿਹੜਾ ਦੇਸ਼ ਆ ਉਹ ਝੰਡਾ ਨਹੀਂ ਹੈਗਾ ਝੰਡਾ ਜਿਹੜਾ ਦੇਸ਼ ਦੇ ਲੋਕਾਂ ਦਾ ਪ੍ਰਤੀਕ ਆ ਉਹ ਆਪਸੇ ਭਾਈਚਾਰੇ ਦਾ ਪ੍ਰਤੀਕ ਆ ਦੇਸ਼ ਲੋਕਾਂ ਨਾਲ ਬਣਦਾ ਵਾ ਜਦ ਤੁਹਾਡੇ ਲੋਕ ਤਾਂ ਦੁਖੀ ਨੇ ਯਾਰ ਸੜਕਾਂ ਦੇ ਉੱਤੇ ਆ ਤੁਸੀਂ ਝੰਡੇ ਦੇ ਉੱਤੇ ਕੁਐਸਚਨ ਮਾਰਕ ਪੁੱਟ ਕਰਦੇ ਹੋ ਜਦ ਕਿ ਉਹਦੀ ਫੇਰ ਬਾਰੀ ਬਾਰੀ ਕਹਿੰਦੇ ਆ ਵੀ ਝੰਡੇ ਦੀ ਕਿਤੇ ਵੀ 1% ਵੀ ਜਿਹੜੀ ਉਹਦਾ ਅਪਮਾਨ ਨਹੀਂ ਹੋਇਆ ਹੈਗਾ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਤੇ ਇੱਕ ਗਲਤੀ ਜ਼ਰੂਰ ਹੋਈ ਆ ਵੀ ਜਿਹੜਾ ਇੰਨਾ ਵੱਡਾ ਜਿਹੜਾ ਕੱਠਵਾ ਜਿਹੜਾ ਇੰਨੀ ਵੱਡੀ ਕੋਲ ਦੇ ਕੇ 26 ਨੂੰ ਲੋਕਾਂ ਨੂੰ ਇੰਨੀ ਦੂਰ ਤੱਕ ਬੁਲਾਇਆ ਉਹ ਲੱਗਦਾ ਨਹੀਂ ਸੀ ਕਿਤੇ ਨਾ ਕਿਤੇ ਵੀ ਇਹ ਇੱਕ ਜਦੋਂ ਲੋਕ ਜ਼ਿਆਦਾ ਇਕੱਠੇ ਹੋਣਗੇ ਕਿਤੇ ਨਾ ਕਿਤੇ ਕੋਈ ਖਰਾਬੀ ਹੋਊਗੀ ਕਿਉਂਕਿ ਸਰਕਾਰਾਂ ਵੀ ਢਾਲ ਲਾਉਣ ਨੂੰ ਫਿਰਦੀਆਂ ਸੀਗੀਆਂ ਇਸ ਅੰਦੋਲਨ ਨੂੰ ਉਹ ਆਪਣੇ ਜਿਹੜੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਗਈ ਹੈ ਸੈਂਟਰ ਜਿਹੜੀ ਸਰਕਾਰ ਬਈ ਕਾਮਯਾਬ ਹੋ ਹੋ ਜਾਣਾ ਸੀਗਾ ਸਰਕਾਰ ਨੇ ਪਰ ਬਾਈਕ ਰੂਪਲੀਓ ਇਦਾਂ ਦੀ ਮਿਹਰ ਹੋ ਗਈ ਕਿ ਦੁਬਾਰਾ ਜਿਹੜਾ ਕੰਮ ਆ ਉਹ ਲੀਹ ਦੇ ਉੱਤੇ ਆ ਗਿਆ ਪਰ ਇੱਕ ਵਾਰੀ ਨਰਾਵ ਕਰਨ ਦੀ ਤਾਂ ਪੂਰੀ ਕੋਸ਼ਿਸ਼ ਕਰਤੀ ਸੀ ਨਾ ਉਹ ਵੀ ਗਿਆ ਸੀ ਦੇਖੋ ਅਸੀਂ ਉੱਥੇ ਆਪਣੀਆਂ ਮੰਗਾਂ ਮਨਵਾਉਣਾਂ ਗਏ ਹੋਏ ਆ ਉਹਨਾਂ ਨੇ ਸਰਕਾਰ ਦੀਆਂ ਮੰਨਣ ਨਹੀਂ ਗਏ ਹੋਏ ਵੀ ਸਰਕਾਰ ਆ ਚੀਜ਼ ਕਹੂਗੀ ਤਾਂ ਅਸੀਂ ਆ ਕਰਾਂਗੇ ਸਾਡੇ ਆਗੂਆਂ ਦਾ ਸਰਕਾਰ ਨਾਲ ਇਹੀ ਚੀਜ਼ ਸੀ ਕਿ ਜਦਾ ਕਰਦੇ ਨਾ ਰੱਖਦੇ ਨਾ ਪ੍ਰੋਗਰਾਮ ਜੇ ਰੱਖਿਆ ਸੀ ਤਾਂ ਜਿਹੜਾ ਪਹਿਲਾਂ ਤੁਸੀਂ ਪ੍ਰੋਗਰਾਮ ਲਿਖਿਆ ਸੀ ਉਸ ਦੇ ਮੁਤਾਬਕ ਕੰਮ ਕਰਦੇ ਫਿਰ ਜਿਹੜੀ ਪੁਲਿਸ ਦਿੱਲੀ ਪੁਲਿਸ ਕਹਿੰਦੀ ਆ ਬਈ ਇੰਨਾ ਟਰੈਕਟਰੀ ਅੰਦਰ ਜਾਣ ਦਿੱਤਾ ਜਾਊਗਾ ਤੁਸੀਂ ਉਹ ਚੀਜ਼ ਦੇ ਉੱਤੇ ਵੀ ਸਹਿਮਤੀ ਕਰ ਲਈ ਠੀਕ ਹੈ ਨਾ ਦੇਖਿਆ ਜੇਬ ਤਾਂ ਸਰਕਾਰ ਜੇ ਵਾਰੀ ਵਾਰੀ ਥੋੜੀਆਂ ਸਾਰੀਆਂ ਗੱਲਾਂ ਮੰਨਦੀਆਂ ਤਾਂ ਇਹਦੇ ਵਿੱਚ ਇੱਕ ਸਾਜਿਦ ਦੀ ਬੂਤ ਆ ਇਹਨਾਂ ਨੂੰ ਨਜ਼ਰ ਆਈ ਹੋਣੀ ਨਾ ਥੋੜੀ ਬਹੁਤ ਭਾਈ ਹੁਣ ਇਹ ਚੀਜ਼ਾਂ ਜਿਹੜੀਆਂ ਅੱਗੇ ਆ ਕੇ ਸਾਹਮਣੇ ਆਉਣਗੀਆਂ ਨਾ ਵੀ ਇਹ ਕੌਣ ਕਿਹਦੇ ਨਾਲ ਕੀ ਕੀ ਦੇ ਕੀ ਸਬੰਧ 'ਚ ਕਿਦਾਂ ਕੀ ਰਲਿਆ ਹੋਇਆ ਸੀਗਾ ਠੀਕ ਆ ਇਹ ਹੈ ਮਤਲਬ ਖਿਚੜੀ ਪੱਕੀ ਹੋਈ ਸੀਗੀ ਜਿਹੜਾ ਅੰਦੋਲਨ ਰੱਖਿਆ ਗਿਆ ਵਾ ਇਹ 100% ਮੈਂ ਕਹਿੰਦਾ ਵੀ ਅੰਦੋਲਨ ਸੋਰੀ ਮੈਂ ਗਲਤ ਸ਼ਬਦ ਯੂਜ਼ ਕਰਤਾ ਵੀ ਜਿਹੜੀ ਪਰੇਡ ਰੱਖੀ ਗਈ ਸੀ ਇਹ ਸਰਕਾਰ ਦੀ ਮਿਲੀ ਭੁਗਤਨਾ ਪਲੈਨਿੰਗ ਦੇ ਤਹਿਤ ਰੱਖੀ ਗਈ ਸੀਗੀ ਤੇ ਇਹਦੇ ਵਿੱਚ ਦੋ ਤਿੰਨ ਇਹਨਾਂ ਨੇ ਏਜੰਡੇ ਕਲੀਅਰ ਕਰਨੇ ਸੀ ਕਿਉਂਕਿ ਜਿਹੜਾ ਕਿਸਾਨ ਆਗੂ ਦੇ ਉੱਤੇ ਵੀ ਕਾਫੀ ਦਿਨ ਕਾਫੀ ਦੋ ਤਿੰਨ ਮਹੀਨੇ ਹੋ ਗਏ ਇੱਥੇ ਦਿੱਲੀ ਬੈਠਿਆਂ ਨੂੰ ਵੀ ਹੋ ਗਏ ਦੋ ਮਹੀਨੇ ਹੋ ਗਏ ਇਹਨਾਂ ਦਾ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਸੀਗਾ ਵੀ ਕਿਸੇ ਪਾਸੇ ਗੱਲ ਲੱਗ ਨਹੀਂ ਰਹੀ ਤੇ ਸਾਰੇ ਫੇਰ ਮੈਂ ਇੱਕ ਵਾਰੀ ਵਾਰੀ ਕਹਿੰਦਾ ਵੀ ਸਾਰੇ ਲੀਡਰ ਨਹੀਂ ਵਿੱਚ ਕੋਸ਼ਕ ਜਿਹੜੇ ਸਰਕਾਰੀ ਏਜੰਟ ਨੇ ਉਹ ਬੰਦਿਆਂ ਤੋਂ ਸਾਨੂੰ ਬਚਣਾ ਚਾਹੀਦਾ ਲੋਕਾਂ ਨੂੰ ਵੀ ਬਚਣਾ ਚਾਹੀਦਾ ਤੇ ਜਿਹੜੇ ਹੁਣ ਆਗੂ ਨੇ ਚਲੋ ਜਿਹੜੀਆਂ ਗੱਲਾਂ ਹੋ ਗਈਆਂ ਪਿੱਛੇ ਸਾਰਾ ਕੁਝ ਮਿੱਟੀ ਪਾ ਦਿਓ ਠੀਕ ਆ ਉਹ ਆਪਾਂ ਪੰਜਾਬ ਜਾ ਕੇ ਦੇਖੀ ਜਾਵਾਂ ਵੀ ਕੌਣ ਗਦਾਰ ਆ ਕੌਣ ਕੀ ਆ ਹੁਣ ਸਾਰਿਆਂ ਨੂੰ ਇੱਕੇ ਦੇ ਵਿੱਚ ਰਹਿ ਕੇ ਜਾਬਤੇ ਦੇ ਵਿੱਚ ਰਹਿ ਕੇ ਸੰਗਤ ਦੇ ਫੈਸਲੇ ਦੇ ਨਾਲ ਅੱਗੇ ਵਧਣਾ ਚਾਹੀਦਾ ਵਾ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਨੇ ਹੁਣ ਦੇਖੋ ਤੇ ਜੂਪੀ ਵਾਲਿਆਂ ਨੇ ਕਿੰਨਾ ਵਧੀਆ ਕੰਮ ਕੀਤਾ ਤੇ ਕਿੰਨੇ ਕਿਵੇਂ ਲੋਕ ਗਾਜੀਪੁਰ ਦੇਖਿਆ ਜਾਵੇ ਤਾਂ ਹਾਂ ਉਹ ਟਕੈ ਟਕੈ ਜੀ ਦੇ ਇੱਕ ਅਥਰੂ ਬਹਾਨ ਦੇ ਨਾਲ ਰਾਤੋਂ ਰਾਤ ਕਹਿੰਦੇ ਜੂਪੀ ਸਾਰਾ ਉੱਥੇ ਪਹੁੰਚ ਗਿਆ ਉਹੀ ਗੱਲ ਹੈ ਨਾ ਇਹ ਤਾਂ ਸਰਕਾਰ ਨੇ ਤਾਂ ਵਿਚਾਰਿਆਂ ਨੇ ਕਿਹਾ ਸਰਕਾਰ ਨੇ ਤਾਂ ਦੇਖਿਆ ਜੀ ਵੀ ਪੰਜਾਬ ਤੇ ਹਰਿਆਣਿਆਂ ਨੂੰ ਦਬਾ ਲਵਾਂਗੇ ਉਲਟਾ ਜੂਪੀ ਵਾਲੇ ਵੀ ਆਪਦੇ ਗਲ ਪਾ ਲਏ ਇਹਨਾਂ ਨੇ ਠੀਕ ਹੈ ਨਾ ਜੀ ਗੱਲ ਉਹੀ ਗੱਲ ਵੀ ਇਹਨਾਂ ਨੂੰ ਹੁਣ ਮਤਲਬ ਉਹਨਾਂ ਤੋਂ ਥੋੜੀ ਸੇਧ ਲੈਣੀ ਚਾਹੀਦੀ ਹੈ। ਉਹ ਇਹਦੇ ਬਜਾਏ ਵੀ ਤੁਸੀਂ ਸਟੇਜ ਦੇ ਉੱਤੇ ਖੜ ਕੇ ਆਪਦੇ ਜਿਹੜੇ ਨੌਜਵਾਨਾ ਉਹਨਾਂ ਨੂੰ ਨਿੰਦਣਾ ਬੰਦ ਕਰ ਦਿਓ। ਚਲੋ ਬੱਚੇ ਬੱਚੇ ਸਮਝ ਕੇ ਮaaf ਕਰ ਦਿਓ ਵੀ ਚਾਹੇ ਜੇ ਇਹਨਾਂ ਨੂੰ ਲੱਗਦਾ ਵੀ ਗਲਤੀ ਕਰਤੀ ਸਾਡੀ ਨਿਗਾਹ ਦੇ ਵਿੱਚ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਹੈਗੀ। ਜੇ ਇਹਨਾਂ ਨੂੰ ਲੱਗਦਾ ਵਾ ਆਪਦੇ ਗੜ ਨਾਲ ਲਾਓ ਤੁਸੀਂ ਉਹਨਾਂ ਨੂੰ ਨਫ਼ਰਤ ਕਰਕੇ ਪਰੇ ਨਾ ਧੱਕੋ। ਕਰੀ ਨਾ ਕਰੋ। ਕੱਕੀ ਜੀ ਇਹ ਕੱਲ ਜਾਂ ਪਰਸੋਂ ਜਦੋਂ ਇੱਕ ਪੱਥਰਵਾਜੀ ਵੀ ਹੋਈ ਆ ਦਵਾਰੇ ਜਿਹੜੇ ਕਹਿੰਦੇ ਆ ਉੱਥੇ ਦਿੱਲੀ ਦੇ ਵਸਨੀਕ ਨੇ ਉਹਨਾਂ ਨੇ ਆ ਕੇ ਵਿਰੋਧ ਕੀਤਾ ਵੀ ਸਿੰਘੂ ਬਾਰਡਰ ਨੂੰ ਖਾਲੀ ਕਰੋ ਉਹ ਇੱਕ ਪਹਿਲਾਂ ਤਾਂ ਕਹਿ ਰਹੇ ਸੀ ਵਸਨੀਕ ਨੇ ਪਰ ਕੁਛ ਨਾ ਕੁਛ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਚੱਲਦੀਆਂ ਬਈ ਨੇ ਵੀ ਉਹ ਜਿਹੜੇ ਬੰਦੇ ਨੇ ਉਹ ਆਰਐਸਐਸ ਦੇ ਬੰਦੇ ਨੇ ਭਾਜਪਾ ਪਾਰਟੀ ਦੇ ਬੰਦੇ ਨੇ ਕਿਉਂਕਿ ਉਹਨਾਂ ਦੀ ਫੋਟੋਆਂ ਵੀ ਵਾਇਰਲ ਹੋ ਗਈਆਂ ਆਈਡੀਆਂ ਵੀ ਵਾਇਰਲ ਹੋ ਗਈਆਂ ਪਰ ਸਰਕਾਰ ਹੁਣ ਵੀ ਉਹਨਾਂ ਤੇ ਹਜੇ ਮੁਕਦਮਾ ਦਰਜ ਨਹੀਂ ਕਰਨਾ ਕਰਨਾ ਚਾਹੁੰਦੀ ਕੀ ਲੱਗਦਾ ਕਿ ਇਹ ਵਾਕਈ ਇਹਨਾਂ ਦੀ ਹੁਣ ਸਾਜ਼ਿਸ਼ ਜਿਹੜੀ ਆ ਉਹ ਪਲਾਨ ਦੇ ਹਿਸਾਬ ਨਾਲ ਸਾਹਮਣੇ ਆ ਚੁੱਕੀ ਹੈ ਬਈ ਦੇਖੋ ਦਿੱਲੀ ਦੇ ਲੋਕ ਐਵੇਂ ਸੜਕਾਂ ਖਾਲੀ ਕਰਾਉਣਾ ਆ ਰਹਿਣਗੇ ਜਿਹੜੇ ਲੋਕ ਉਦੋਂ ਸਾਡੇ ਉੱਤੇ ਫੁੱਲ ਸੱਟਦੇ ਸੀਗੇ ਜਗਾ ਜਗਾ ਤੇ ਲੰਗਰ ਲਾਏ ਹੋਏ ਸੀ ਜਿਨ੍ਹਾਂ ਨੇ ਸਾਨੂੰ ਪਾਣੀ ਪਿਲਾ ਜਿੱ ਪਾਣੀ ਤੋਂ ਲੈ ਕੇ ਠੰਡੇ ਪਤਾ ਨਹੀਂ ਕੀ ਕੀ ਸਾਬ ਹਰੇਕ ਤਰ੍ਹਾਂ ਦੇ ਸਾਨੂੰ ਚੀਜ਼ਾਂ ਮਤਲਬ ਉਹ ਦਿੱਤੀਆਂ ਗਈਆਂ ਖਾਣ ਨੂੰ ਵੀ ਦਿੱਤਾ ਗਿਆ ਫੋਲਾਂ ਦੀ ਵਰਖਾ ਕੀਤੀ ਗਈ ਉਹ ਦੂਏ ਦਿਨ ਸਾਡੇ ਤੇ ਪੱਥਰ ਮਾਰਨਾ ਜਾਣਗੇ ਯਾਰ ਫਿਰ ਫੋਟੋਆਂ ਸਾਹਮਣੇ ਆਉਂਦੀਆਂ ਨੇ ਇਹ ਬਾਈ ਸਰਕਾਰ ਦਾ ਜਿਹੜਾ ਤੰਨਾਸ਼ਾ ਰਵਈਆ ਬਾ ਨਾ ਇਹ ਇਹਨਾਂ ਨੂੰ ਛੱਡਣਾ ਚਾਹੀਦਾ ਬਾ ਆਪਦੇ ਕਿਸਾਨਾਂ ਦੀ ਗੱਲ ਜਿਹੜੀ ਕਿਉਂਕਿ ਇਹਦੇ ਨਾਲ ਸਿਰਫ ਦੇਖੋ ਲੋਕਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਜਿਹੜੇ ਆਮ ਲੋਕ ਨੇ ਜਾਂ ਜਿਹੜੇ ਇਹਨਾਂ ਦੇ ਅੰਦੇ ਭਗਤ ਬਣੇ ਹੋਏ ਨੇ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿਸਾਨ ਤਾਂ ਹਲੇ 5-7 ਸਾਲ ਜਿਉਂਦਾ ਰਹਿ ਜਾਊਗਾ ਜੇ ਇਹ ਬਿੱਲ ਨਾ ਰੱਦ ਹੋਏ ਜਿਹੜੇ ਆਮ ਲੋਕ ਨੇ ਨਾ ਤਾਂ ਗਰੀਬ ਨੇ ਮਰਨਾ ਵਾ ਕਿਉਂਕਿ ਗਰੀਬ ਨੇ ਤਾਂ ਜਿੰਨਾ ਕਮਾਉਣਾ ਉਨਾ ਖਾਣਾ ਵਾ ਨਾ ਤਾਂ ਮਰਨਾ ਅਮੀਰ ਨੇ ਅਮੀਰ ਨੇ ਦਿਨੋ ਦਿਨ ਅਮੀਰ ਹੋਣਾ ਬਿਲਕੁਲ ਮਿਡਲ ਕਲਾਸ ਦੇ ਉੱਤੇ ਉਹਜਾ ਇਫੈਕਟ ਪੈਣਾ ਬਾਈ ਤੁਸੀਂ ਇਹ ਕਿਸਾਨਾਂ ਦੀ ਲੜਾਈ ਬਾਅਦੋਂ ਆ ਇਹ ਆਮ ਲੋਕਾਂ ਦੀ ਲੜਾਈ ਪਹਿਲਾਂ ਵਾ ਪਹਿਲਾਂ ਵਾ ਬਿਲਕੁਲ ਬਿਲਕੁਲ ਤੇ ਇਸ ਕਰਕੇ ਲੋਕਾਂ ਨੂੰ ਸਮਝਣ ਦੇ ਜਿਹੜੇ ਨਫ਼ਰਤ ਦੀ ਰਾਜਨੀਤੀ ਜਿਹੜੀ ਇਹ ਸਰਕਾਰਾਂ ਕਰ ਰਹੀਆਂ ਨੇ ਜਾਂ ਕੋਈ ਵੀ ਇਹ ਜਿਹੇ ਗਲਤ ਬੰਦੇ ਜਿਹੜੇ ਗਲਤ ਅੰਸਰ ਵਿੱਚ ਬੜੇ ਹੋਏ ਆ ਉਹਨਾਂ ਤੋਂ ਬਚ ਕੇ ਸਾਨੂੰ ਕਿਸਾਨਾਂ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਆ ਆਮ ਲੋਕਾਂ ਨੂੰ ਵੀ ਦੇਣਾ ਚਾਹੀਦਾ ਤਾਂ ਕਿ ਜਿਹੜੀ ਇਹ ਜਿਹੜਾ ਇਹਨਾਂ ਦਾ ਹੰਕਾਰ ਆ ਸਰਕਾਰ ਦਾ ਉਹ ਹੰਕਾਰ ਭੰਨ ਕੇ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਹੋ ਹੋ ਕੇ ਜਿਹੜਾ ਪੰਜਾਬ ਦਾ ਜਾਂ ਹਰਿਆਣਾ ਦਾ ਕਿਸਾਨ ਆ ਖੁਸ਼ਹਾਲ ਹੋ ਸਕੇ ਗੱਗੀ ਜੀ ਲਾਸਟ ਤੇ ਇਹੀ ਪੰਜਾਬ ਦੇ ਲੋਕਾਂ ਨੂੰ ਕਿਸਾਨ ਆਗੂਆਂ ਨੂੰ ਤੁਸੀਂ ਆਪਣੇ ਜਰੀਏ ਕੀ ਮੈਸੇਜ ਦੇਣਾ ਚਾਹੋਗੇ ਬਾਈ ਕਿਸਾਨ ਆਗੂ ਤਾਂ ਚਲੋ ਮੇਰੇ ਤੋਂ ਵੱਧ ਸਿਆਣੇ ਨੇ ਮੈਂ ਉਹਨਾਂ ਨੂੰ ਕੀ ਮੈਸੇਜ ਦੇ ਸਕਦਾ ਮੈਂ ਪੰਜਾਬ ਦੇ ਲੋਕਾਂ ਮੂਰੇ ਹੱਥ ਜੋੜ ਕੇ ਬੇਨਤੀ ਉਹ ਕਰ ਸਕਦਾ ਮਾਂ ਵੀ ਬਾਈ ਜਿਹੜਾ ਆਪਾਂ ਉੱਥੋਂ ਵਾਪਸ ਆ ਗਏ ਵੱਡੀ ਗਿਣਤੀ ਦੇ ਵਿੱਚ ਪਰ ਹੁਣ 2-3 ਦਿਨਾਂ ਤੋਂ ਉੱਤੇ ਕਾਫੀ ਮਤਲਬ ਇਕੱਠ ਦੁਬਾਰਾ ਲੋਕ ਜਾਣ ਲੱਗ ਗਏ ਕਿਉਂਕਿ ਉੱਥੇ ਕਰਨਾਲ ਬਾਈਪਾਸ ਦੇ ਉੱਤੇ ਮੈਂ ਦੇਖਿਆ ਬੀਬੀਆਂ ਜਿਹੜੀਆਂ ਕਰਨਾ ਹਰਿਆਣੇ ਦੀਆਂ ਬੀਬੀਆਂ ਸੀ ਉਹ ਚੂੜੀਆਂ ਦੇ ਰਹੀਆਂ ਸੀਗੀਆਂ ਕਈ ਲੋਕ ਸ਼ਰਮ ਦੇ ਮਾਰੇ ਵੀ ਮੁੜ ਰਹੇ ਸੀਗੇ ਉੱਥੋਂ ਤੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵਾਂ ਵੀ ਆਪਦੇ ਪਿੰਡੋ ਪਿੰਡੀ ਇਦਾਂ ਦਾ ਸਟਰਕਚਰ ਬਣਾਇਆ ਜਾਵੇ ਕਿ ਜੇ ਪੰਜ ਬੰਦੇ ਅੱਜ ਚਲੇ ਗਏ ਤਿੰਨ ਚਾਰ ਦਿਨ ਉਹ ਰਹਿਣ ਗਾਹਾਂ ਨੂੰ ਪੰਜ ਬੰਦੇ ਉਹਨਾਂ ਨੇ ਮੁੜਨ ਤਿਆਰ ਰਹਿਣ ਹੁਣ ਸਾਨੂੰ ਦੇਖੋ ਪਹਿਲਾਂ ਤਾਂ ਮੀਲੇ ਵਾਂਗੂ ਚੱਲ ਰਿਹਾ ਸੀਗਾ ਕੰਮ ਅਸਲੀ ਸੰਘਰਸ਼ ਅਸਲੀ ਘੋਲ ਹੁਣ ਚੱਲਿਆ ਵਾ ਜਦ ਬਾਦਾਮ ਖਾਨ ਨੂੰ ਮਿਲ ਲਈ ਉਹ ਤੋਂ ਸਾਰੇ ਚਲੇ ਜਾਂਦੇ ਸੀਗੇ ਜਦੋਂ ਹੁਣ ਸਾਨੂੰ ਲੋੜ ਆ ਸਾਡੇ ਮਤਲਬ ਲੋਕਾਂ ਦੀ ਲੋਕਾਂ ਨੂੰ ਸਾਡੀ ਲੋੜ ਆ ਹੁਣ ਸਾਡਾ ਖੜਨ ਦਾ ਟਾਈਮ ਆ ਹੁਣ ਅਸੀਂ ਪਿੱਠ ਦਿਖਾ ਕੇ ਭੱਜਣਾ ਨਹੀਂ ਹੈਗਾ ਉੱਥੋਂ ਅਸੀਂ ਉਹਨਾਂ ਦੇ ਨਾਲ ਖੜਨਾ ਆ ਇਹ ਸਿਰਫ ਇਕੱਲੇ ਗਾਣਿਆਂ ਦੇ ਵਿੱਚ ਜਾਂ ਸਟੇਜਾਂ ਤੋਂ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਜਦੋਂ ਇਹ ਕੰਮ ਗਲ ਪੈਂਦਾ ਵਾ ਫਿਰ ਨਜੇਠਣਾ ਬਹੁਤ ਔਖਾ ਹੁੰਦਾ ਹੈ ਮਤਲਬ ਵੀ ਜੇ ਇਤਿਹਾਸ ਰਿੱਚਿਆ ਜਾ ਰਿਹਾ ਤਾਂ ਇਤਿਹਾਸ ਨੂੰ ਦਰਹਾਉਣ ਦੀ ਵੀ ਹੁਣ ਲੋੜ ਹੈ ਹਾਂ ਬਿਲਕੁਲ ਭਾਈ ਇਤਿਹਾਸ ਦੁਹਰਾਇਆ ਜਾ ਰਿਹਾ ਵਾ ਇਹ ਚੀਜ਼ਾਂ ਉੱਥੇ ਗਾਜੀ ਗਾਜੀਪੁਰ ਬਾਰਡਰ ਤੇ ਹੋ ਚੁੱਕੀਆਂ ਨੇ ਤੇ ਅਸੀਂ ਤਾਂ ਆਪਦੇ ਆਪ ਹਰੀ ਸਿੰਘ ਨੜੂਏ ਦੇ ਵਾਰਿਸ ਕਹਨੇ ਆ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਕਹਨੇ ਆ ਪੰਜਾਬ ਦੀ ਧਰਤੀ ਦੇ ਵਾਰਿਸ ਜਿੱਥੇ ਪਾਈ ਮਾਂ ਚੁੱਕਿਆ ਵੀ ਹੁਣ ਦਿਖਾਉਣ ਦੀ ਵਾਰੀ ਹੈਗੀ ਬਿਲਕੁਲ ਤੁਸੀਂ ਇੰਨਾ ਕਿ ਜज्ਬਾ ਰੱਖੋ ਆਪਣੇ ਅੰਦਰ ਕਿ ਸਾਨੂੰ ਜੇ ਉੱਥੇ ਸ਼ਹੀਦੀਆਂ ਦੇਣ ਦੀ ਵੀ ਲੋੜ ਪਈ ਅਸੀਂ ਸ਼ਹੀਦੀਆਂ ਦੇਣ ਨੂੰ ਤਿਆਰ ਰਹੀਏ ਅਸੀਂ ਬਿਲਕੁਲ ਬਿਲਕੁਲ ਠੀਕ ਹੈ ਸਰਕਾਰ ਦਾ ਜਿਹੜਾ ਹੰਕਾਰ ਆ ਉਹ ਤੋੜਨਾ ਹੀ ਪੈਣਾ ਵਾ ਸਰਕਾਰ ਅਸੀਂ ਆਪਣੇ ਭਗਤ ਸਿੰਘ ਦੇ ਚਾਚਾ ਜੀਤ ਸਿੰਘ ਜੀ ਦੀ ਗੱਲ ਕਰਦੇ ਹਾਂ ਉਹਨਾਂ ਦਾ ਇਤਿਹਾਸ ਚੱਕਦੇ ਹਾਂ ਉਹਨਾਂ ਦਾ 9 ਮਹੀਨੇ ਤੇ ਮਤਲਬ ਜਿਹੜਾ ਇਹ ਸੰਘਰਸ਼ ਚ ਲੜਿਆ ਸੀਗਾ ਨਵੇਂ ਨਿਯਮ ਵਾਲਾ ਜਾਂ ਕਿ ਅੰਗਰੇਜ਼ਾਂ ਨੇ ਵਾਪਸ ਲਿਆ ਸੀਗੇ ਕਾਨੂੰਨ ਹਲੇ ਸਾਨੂੰ ਤਾਂ ਹੋਈ 2 ਮਹੀਨੇ ਆ ਬਿਲਕੁਲ ਠੀਕ ਆ ਨਾ ਤੇ ਉਦੋਂ ਇੰਨੀ ਸਹੂਲਤਾਂ ਵੀ ਨਹੀਂ ਹੁੰਦੀ ਹੁਣ ਤਾਂ ਸਾਰਾ ਕੁਝ ਸਾਡੇ ਕੋਲ ਹਰੇਕ ਚੀਜ਼ ਸਾਨੂੰ ਮਿਲ ਰਹੀ ਆ ਉਦੋਂ ਤਾਂ ਇਹ ਚੀਜ਼ਾਂ ਸਹੂਲਤਾਂ ਵੀ ਨਹੀਂ ਸੀਗੀਆਂ ਤੇ ਇਸ ਕਰਕੇ ਕਹਿਣਾ ਮੈਂ ਵੀ ਪੰਜਾਬੀ ਬੀਰੋ ਸ਼ਹਿਰਾਂ ਵਾਲਿਓ ਚਾਹੇ ਪਿੰਡਾਂ ਵਾਲਿਓ ਵੀ ਸਾਰੇ ਉੱਥੇ ਪਹੁੰਚੋ ਯਾਰ ਹਰੇਕ ਪਰਿਵਾਰ ਚੋਂ ਇੱਕ ਜਣੇ ਨੂੰ ਜਾਣਦਾ ਉੱਥੇ ਬਣਦਾ ਹੀ ਬਣਦਾ ਹੱਕ ਬਣਦਾ ਵਾ ਵੀ ਇੱਕ ਚਾਹੇ ਹਰੇਕ ਪਰਿਵਾਰ ਚੋਂ ਇੱਕੋ ਬੰਦਾ ਜਾਵੇ ਚਾਹੇ ਦੋ ਦਿਨ ਲਈ ਜਾਵੇ ਇਹ ਮੌਕਾ ਵਾ ਹੁਣ ਸਾਡਾ ਜਿਹੜਾ ਸੰਘਰਸ਼ ਆ ਉਹ ਸਰਕਾਰ ਨੇ ਹਲੇ ਵੀ ਬਹੁਤ ਚਾਲਾਂ ਜਿਹੜੀਆਂ ਚਲਣੀਆਂ ਨੇ ਵੀ ਇਹਨੂੰ ਜਿਹੜਾ ਤਾਰਪੀਡੋ ਕਰਕੇ ਇਹਨੂੰ ਖਤਮ ਕਰ ਦਿੱਤਾ ਜਾਵੇ ਪਰ ਅਸੀਂ ਦਿਮਾਗ ਨਾਲ ਕੰਮ ਲੈ ਕੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜਾ ਤੁਸੀਂ ਆਪਦੀ ਮਤਲਬ ਜਿਹੜਾ ਆਪਦਾ ਥੋੜਾ ਜਿਹੜਾ ਇਹ ਜਿਹਦਾ ਤਰਨਾਸ਼ਾ ਰਪਈਆ ਤੁਸੀਂ ਸਰਕਾਰ ਵਾਲਾ ਪਨਾ ਰਹੇ ਹੋ ਉਹਨੂੰ ਛੱਡ ਕੇ ਲੋਕਾਂ ਦੀ ਆਵਾਜ਼ ਬਣੋ ਲੋਕਾਂ ਦੀ ਗੱਲ ਸਰਕਾਰ ਤੱਕਰ ਪਹੁੰਚਾਓ ਥੋੜਾ ਜਿਹੜਾ ਕੰਮ ਆਸਲੀ ਤੇ ਲੋਕਾਂ ਤੇ ਤੁਸੀਂ ਫੈਸਲੇ ਨਾ ਧੋਪੋ ਤੇ ਲੋਕਾਂ ਲੋਕਾਂ ਦੀ ਜਿੱਤ ਜਦੋਂ ਹੋਣੀ ਆ ਜਿਹੜੇ ਤੁਸੀਂ ਗਲਤ ਕੰਮ ਕਿਤੇ ਕੀਤੇ ਵੀ ਹੋਣਗੇ ਜ਼ਿੰਦਗੀ ਦੇ ਵਿੱਚ ਸਾਰੇ ਤੁਹਾਡੇ ਪਾਪ ਧੋਤੇ ਜਾਣਗੇ ਇਸ ਚੀਜ਼ ਦੇ ਨਾਲ ਧੰਨਵਾਦ ਸੋ ਇਹ ਸਨ ਗੱਗੀ ਗਿਲਜੀ ਲੁਧਿਆਣੇ ਤੋਂ ਜਿਨ੍ਹਾਂ ਨੇ ਕਿਸਾਨੀ ਇਸ ਅੰਦੋਲਨ ਦੇ ਬਾਰੇ ਜੋ 26 ਜਨਵਰੀ ਨੂੰ ਉੱਥੇ ਹੋਇਆ ਜੋ ਕਿਸਾਨ ਜੱਥੇਬੰਦੀਆਂ ਨੇ ਕੀਤਾ ਜਾਂ ਜੋ ਉਹਨਾਂ ਨੂੰ ਕਰਨਾ ਚਾਹੀਦਾ ਉਸ ਮੁੱਦੇ ਤੇ ਇੱਕ ਵਧੀਆ ਤਰੀਕੇ ਨਾਲ ਇੱਕ ਗੱਲਬਾਤ ਕੀਤੀ ਆ ਤੇ ਸੋ ਦੇਖਦੇ ਹਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨ ਜੱਥੇਬੰਦੀਆਂ ਅੱਗੇ ਕੀ ਪਲਾਨ ਕਰਦੀਆਂ ਨੇ ਕੀ ਮੈਸੇਜ ਮਿਲਦਾ ਵਾ ਜਾਂ ਅੰਦੋਲਨ ਕਿਸ ਤਰ੍ਹਾਂ ਅੱਗੇ ਚੱਲਦਾ ਵਾ ਤੇ ਸਰਕਾਰਾਂ ਕੀ ਕਰਦੀਆਂ ਨੇ ਅੱਗੇ ਕੋਈ ਮੀਟਿੰਗ ਹੁਣ ਹੋਏਗੀ ਜਾਂ ਨਹੀਂ ਹੋਏਗੀ ਇਹ ਤਾਂ ਉਹਨਾਂ ਵਾਲਾ ਟਾਈਮ ਹੀ ਦੱਸੇਗਾ ਸੋ ਕੈਮਰਾ ਕੈਮਰਾਮੈਨ ਸਤਵੰਤ ਮਠਾੜੂ ਨਾਲ ਨਿਰਿਸ਼ ਕੁਮਾਰ ਦੀ ਰਿਪੋਰਟ ਲੁਧਿਆਣਾ ਟਾਈਮਜ਼ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ